ਵਾਰ 11ਵਾਂ ਪਾੜੀ 27ਵਾਂ 70 ਪਹਿਲੀ ਮਹਤਾ ਸਖਤੂ ਆਗਰੇ ਚੱਡਾ ਹੋਆ ਨਿਹਾਲ ਨਿਹਾਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਹਤਾ ਸਖਤੂ ਆਗਰੇ ਚੱਡਾ ਹੋਆ ਨਿਹਾਲ ਨਿਹਾਲਾ ਭਾਈ ਗੁਰਦਾਸ ਜੀ ਦੋ ਗੁਰ ਸਿੱਖਾਂ ਬਾਰੇ ਦੱਸਦੇ ਹਨ ਭਾਈ ਮਹਤਾ ਸਖਤੂ ਆਗਰੇ ਜੋ ਆਗਰੇ ਦੇ ਰਹਿਣ ਵਾਲਾ ਸੀ ਤੇ ਫਿਰ ਭਾਈ ਜਿਹੜਾ ਨਿਹਾਲੂ ਚੱਡਾ ਚੱਡਾ ਹੁਆ ਨਿਹਾਲ ਨਿਹਾਲਾ ਸੋ ਭਾਈ ਨਿਹਾਲੂ ਜੀ ਜੋ ਚੱਡਾ ਇਹਨਾਂ ਦਾ ਗੋਤ ਹੈ ਤੇ ਇਹ ਨਿਹਾਲ ਹੋਏ ਗੁਰੂ ਸਾਹਿਬ ਜੀ ਕੋਲ ਆ ਕਰਕੇ ਸੋ ਹੁਣ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਜਿਸ ਤਰ੍ਹਾਂ ਸਿੱਖਾਂ ਦੀ ਭਗਤ ਮਾਲਾ ਵਿੱਚ ਲਿਖੀ ਹੈ ਇਹਨਾਂ ਦੀ ਸਾਖੀ ਉਹ ਆਪ ਜੀ ਸਰਵਣ ਕਰੋ ਮਹਤਾ ਸਖਤੂ ਤੇ ਨਿਹਾਲੂ ਚੱਡਾ ਦੋਨੋਂ ਆਗਰੇ ਰਹਿੰਦੇ ਸਨ ਦੋ ਗੁਰਸਿੱਖ ਭਾਈ ਮਹਤਾ ਸਖਤੂ ਜੀ ਤੇ ਭਾਈ ਨਿਹਾਲੂ ਚੱਡਾ ਦੋਨੇ ਆਗਰੇ ਦੇ ਰਹਿਣ ਵਾਲੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਚ ਕੋਲ ਆਏ ਗੁਰੂ ਅਰਜਨ ਜੀ ਦੇ ਸਰਨ ਆਏ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਦੀ ਸਰਨ ਚ ਆ ਕੇ ਤੇ ਅਰਦਾਸ ਕੀਤੀ ਅਰਦਾਸ ਕੀਤੀ ਦੋਨਾ ਗੁਰਸਿੱਖਾਂ ਨੇ ਜੋ ਕਰਮ ਕਾਂਡੀ ਕਹਿੰਦੇ ਹਨ ਜੋ ਕਰਮ ਕਾਂਡੀ ਕਰਮ ਕਾਂਡੀ ਉਹ ਹੁੰਦੇ ਹਨ ਜਿਹੜੇ ਕਰਮਾਂ ਵਿੱਚ ਬਿਲੀਫ ਕਰਦੇ ਨੇ ਜੋ ਕਰਮਾਂ ਨੂੰ ਪ੍ਰੈਕਟਿਸ ਕਰਦੇ ਨੇ ਉਹ ਕੀ ਕਰਦੇ ਨੇ ਵੀ ਜੇ ਇਹ ਕਰਮ ਕਰੋਗੇ ਤਾਂ ਇਹ ਮਿਲੇਗਾ ਇੱਕ ਕਰਮ ਕਰੋਗੇ ਰਿਟਰਨ ਇਹ ਮਿਲੇਗਾ ਇਟਸ ਆਲਵੇਸ ਲਾਈਕ ਅ ਬਿਜ਼ਨਸ ਸੋ ਜੋ ਤੁਸੀਂ ਕਰੋਗੇ ਉਹਦਾ ਫਲ ਤੁਹਾਨੂੰ ਇਹ ਮਿਲੇਗਾ ਤੁਸੀਂ ਇਹ ਕਰੋਗੇ ਇਹ ਫਲ ਮਿਲੇਗਾ ਸੋ ਇਟਸ ਆਲਵੇਸ ਜਿਹੜਾ ਹੈ ਕਰਮ ਡਿਕਟੇਸ ਦ ਫਰੂਟ ਫਿਰ ਜਿਹੜਾ ਕਰ ਫਰੂਟ ਤੁਹਾਨੂੰ ਮਿਲਣਾ ਹੈ ਸੁਖ ਹੋਇਆ ਚਾਹੇ ਦੁੱਖ ਹੋਇਆ ਉਹਦਾ ਜਿਹੜਾ ਕੌਸ ਹੈ ਉਹ ਕਰਮ ਹੈ ਸੋ ਇਸ ਕਰਕੇ ਉਹਨਾਂ ਨੂੰ ਕਰਮਕਾਂਢੀ ਕਹਿੰਦੇ ਹਾਂ ਕਰਮਕਾਂਢੀ ਲੋਕ ਜਿਹੜੇ ਹਨ ਉਹ ਪਰਮਾਤਮਾ ਦੀ ਭਗਤੀ ਨਹੀਂ ਕਰਦੇ ਉਹ ਪਰਮਾਤਮਾ ਨੂੰ ਮੰਨਦੇ ਵੀ ਨਹੀਂ ਹੈ ਉਹ ਸਿਰਫ ਕਰਮਾਂ ਨੂੰ ਮੰਨਦੇ ਹਨ ਉਹਨਾਂ ਨੂੰ ਕਰਮ ਕਾਂਡੀ ਤਾਂ ਕਿਹਾ ਜਾਂਦਾ ਹੈ ਉਹ ਸਿਰਫ ਕਰਮਾਂ ਤੇ ਆਪਣਾ ਸਾਰਾ ਜ਼ੋਰ ਲਾ ਕੇ ਰੱਖਦੇ ਹਨ ਕਰਮ ਸੁਭ ਕੀਤੇ ਬਿਨਾ ਨਿਤ ਕਰਮ ਗਾਇਤਰੀ ਤਰਪਨ ਆਦਕ ਕਹਿੰਦੇ ਹੁਣ ਦੇਖੋ ਨਾ ਜਿਹੜੇ ਹਿੰਦੂ ਧਰਮ ਦੇ ਕਰਮਾ ਹੈ ਨਾ ਜੋ ਲੋਕ ਕਰਦੇ ਹਨ ਜਿਵੇਂ ਕਿ ਉਸ ਵੇਲੇ ਦੇ ਲੋਕ ਕਰਿਆ ਕਰਦੇ ਸਨ ਉਹਨਾਂ ਦੇ ਬਾਰੇ ਦੱਸਦੇ ਹਨ ਕਹਿੰਦੇ ਕਰਮ ਸੁਭ ਕੀਤੇ ਬਿਨਾ ਚੰਗੇ ਕਰਮ ਕੀਤੇ ਬਿਨਾ ਜਿਵੇਂ ਕਰਮ ਹੁੰਦੇ ਨੇ ਗਾਇਤਰੀ ਮੰਤਰ ਪੜਨਾ ਹੈ ਤਰਪਨ ਕਰਨਾ ਜਿਹੜਾ ਹਨ ਤੇ ਫਿਰ ਨਮਿਤ ਕਰਮ ਨਮਿਤ ਕਰਮ ਕਰਨੇ ਪ੍ਰਾਸ਼ਟਿਤ ਕਰਮ ਕਰਨੇ ਸੋ ਨਿਤ ਕਰਮ ਕਰਨੇ ਸੋ ਇਹ ਸਾਰਾ ਜਿਹੜਾ ਪਿੰਡ ਤੇ ਪਤਲ ਕਰਨਾ ਪਿੰਡ ਤੇ ਪਤਲ ਜੋ ਬੰਦੇ ਮਰੇ ਤੋਂ ਬਾਅਦ ਕੀਤਾ ਜਾਂਦਾ ਹੈ ਫਿਰ ਉਹਦੇ ਨਾਲੇ ਨਾਲ ਤੇ ਨਮਿਤ ਕਰਮ ਪਿੰਡ ਪਤਲ ਦਸ ਗਰਾਤਰ ਸਰਾਧ ਖਿਆ ਹੈ ਕਿਤੇ ਬਿਨ ਗਤ ਨਹੀਂ ਹਾਂ ਦਸ ਗਾਤਰ ਫਿਰ ਉਹਦੇ ਉਹਦਾ ਜਿਹੜਾ ਹੈ ਜਿਹੜਾ ਹੈ ਉਹ ਮਰੇ ਤੋਂ ਬਾਅਦ ਉਸਦੇ ਪੂਜਾ ਪਾਠ ਕਰਨੀ ਫੇਰ ਉਸ ਦੇ ਸਾਲ ਦੀ ਸਾਲ ਉਹਦੀ ਸਰਾਧ ਕਰਨਾ ਸੋ ਕਹਿੰਦੇ ਇਹ ਸਾਰੇ ਜਿੰਨੇ ਵੀ ਕਰਮ ਕੀਤੇ ਬਿਨਾ ਕਹਿੰਦੇ ਮੁਕਤੀ ਨਹੀਂ ਹੁੰਦੀ ਬੰਦੇ ਦੀ ਉਹਦੀ ਮੁਕਤੀ ਕਿਤੇ ਵੀ ਨਹੀਂ ਹੁੰਦੀ ਤੇ ਗਿਆਨੀ ਕਹਿੰਦੇ ਹਨ ਤੇ ਗੁਰਸੇਖ ਕਹਿੰਦੇ ਮਹਾਰਾਜ ਗਿਆਨੀ ਲੋਕ ਜਿਹੜੇ ਹਨ ਉਹ ਕਹਿੰਦੇ ਹਨ ਜਿਵੇਂ ਐਸਾ ਸਰੀਰ ਅਨਿਤ ਹੈ ਤੈਸੇ ਕਰਮ ਅਨਿਤ ਹੈ ਦੇਖੋ ਗਿਆਨੀਆਂ ਦਾ ਇੱਕ ਖਿਆਲ ਹੈ ਕਿ ਵੀ ਜੇ ਕਰਮ ਜਿਹੜੇ ਹਨ ਨਾ ਇਹ ਵੀ ਇੱਕ ਪਾਰਟ ਆਫ ਲਾਈਫ ਹੈ ਜੇ ਲਾਈਫ ਇਜ਼ ਨਾਟ ਪਰਮਨੈਂਟ ਲਾਈਫ ਟੈਂਪਰਰੀ ਹੈ ਲਾਈਫ ਮੁੱਕਣ ਵਾਲੀ ਹੈ ਤਾਂ ਇਹ ਕਰਮ ਕਿਵੇਂ ਸੱਚੇ ਹੋ ਸਕਦੇ ਜਿਹੜਾ ਬੰਦਾ ਕਰਦਾ ਹੈ ਮਤਲਬ ਇਹ ਕਰਮ ਵੀ ਅਨਿੱਤ ਨੇ ਅਨਿੱਤ ਮੀਨਸ ਨੋਟ ਫੋਰਐਵਰ ਸੋ ਇਸ ਕਰਕੇ ਜੇ ਬੰਦੇ ਦਾ ਸਰੀਰ ਹੀ ਅਨਿੱਤ ਹੈ ਨਹੀਂ ਰਹਿੰਦਾ ਹਮੇਸ਼ਾ ਤਾਂ ਕਰਮ ਵੀ ਫਿਰ ਅਨਿੱਤੇ ਹੋਏ ਗਿਆਨ ਹੀ ਕਰਗਤ ਹੈ ਸੋ ਇਸ ਕਰਕੇ ਗਿਆਨ ਕਰਕੇ ਹੀ ਮੁਕਤੀ ਪ੍ਰਾਪਤ ਹੁੰਦੀ ਆ ਕਰਮਾਂ ਕੰਡਾਂ ਕਰਕੇ ਨਹੀਂ ਹੁੰਦੀ ਸੋ ਇਹ ਦੋ ਖਿਆਲ ਨੇ ਇੱਕ ਕਰਮ ਕੰਡੀ ਨੇ ਇੱਕ ਗਿਆਨ ਵਾਨ ਹਨ ਤਾਂ ਅਸੀਂ ਕੌਣ ਸੀ ਕਰਿਆ ਕਰੀਏ ਸੋ ਪੁੱਛਦੇ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਹੁਣ ਅਸੀਂ ਕਰਮ ਕੰਡੀ ਬਣੀਏ ਜਾਂ ਅਸੀਂ ਗਿਆਨ ਵਾਨ ਬਣੀਏ ਮਹਾਰਾਜ ਅਸੀਂ ਕਿਹੜਾ ਰਸਤਾ ਚੁਣੀਏ ਤਾਂ ਬਚਨ ਹੋਇਆ ਜੈਸੇ ਦੁਪਹਾਸਿਆ ਜਹਾਜ਼ਾਂ ਵਿੱਚ ਸੌਦਾ ਕਰਵਾਏ ਦਿੰਦਾ ਹੈ ਦੇਖੋ ਕਹਿੰਦੇ ਜਹਾਜ਼ਾਂ ਦੇ ਵਿੱਚ ਨਾ ਜਦੋਂ ਜਹਾਜ਼ ਸਮਾਨ ਸੌਦੇ ਨਾਲ ਭਰੇ ਜਾਂਦੇ ਨੇ ਉਹ ਜਹਾਜ਼ ਚੱਲ ਕੇ ਆਪਾਂ ਇਉਂ ਲੈ ਲੀਏ ਆਪਾਂ ਐਗਜ਼ਾਮਪਲ ਲੈ ਲਈਏ ਹੁਣ ਇੰਡੀਆ ਤੋਂ ਇੱਕ ਜਹਾਜ਼ ਤੁਰਿਆ ਉਹ ਗਿਆ ਚਾਈਨਾ ਨੂੰ ਥ੍ਰੇਟ ਕਰਨ ਵਾਸਤੇ ਸੋ ਹੁਣ ਚਾਈਨਾ ਦੀ ਜਿਹੜੀ ਬੋਲੀ ਹੈ ਉਹ ਇੰਡੀਅਨ ਨੂੰ ਨਹੀਂ ਸਮਝ ਆਉਂਦੀ ਸੋ ਉਹ ਜਹਾਜ਼ ਦੇ ਕਰੂ ਵੀ ਇੰਡੀਅਨ ਹੋਣਗੇ ਉਹ ਜਿਹੜੇ ਬਿਜ਼ਨਸਮੈਨ ਇਹ ਜਹਾਜ਼ ਚ ਇੰਡੀਆ ਤੋਂ ਗਏ ਨਾ ਉਹ ਇੰਡੀਅਨ ਹੋਣਗੇ ਸੋ ਉੱਥੇ ਜਾ ਕੇ ਇਹਨਾਂ ਨੂੰ ਚਾਈਨਾ ਦੀ ਬੋਲੀ ਨਹੀਂ ਸਮਝ ਆਉਣੀ ਉੱਥੇ ਇਹਨਾਂ ਨੂੰ ਲੋੜ ਹੈ ਇੰਟਰਪ੍ਰੀਟਰ ਦੀ ਜੋ ਜੋ ਬੰਦਾ ਇੰਟਰਪ੍ਰੀਟ ਕਰੇ ਜੋ ਚਾਈਨੀਸ ਵੀ ਜਾਣਦਾ ਹੋਵੇ ਤੇ ਇੰਡੀਅਨ ਦੀ ਭਾਸ਼ਾ ਵੀ ਜਾਣਦਾ ਹੋਵੇ ਸੋ ਜੋ ਦੋ ਬੰਦਿਆਂ ਜੋ ਬਿਜ਼ਨਸ ਕਰਨ ਲੱਗੇ ਹਨ ਉਹ ਬੰਦਾ ਜੋ ਦੋਵਾਂ ਦੀ ਬੋਲੀ ਨੂੰ ਬੋਲਦਾ ਹੋਵੇ ਸੋ ਜੋ ਇਨ ਬਿਟਵੀਨ ਹੋ ਕੇ ਉਹ ਜਿਹੜਾ ਹੈ ਉਹਨਾਂ ਦਾ ਕਮਿਊਨੀਕੇਸ਼ਨ ਕਰਾਵੇ ਵੀ ਇਹ ਬੰਦਾ ਕੀ ਕਹਿੰਦਾ ਇਹ ਕੀ ਕਹਿੰਦਾ ਹੈ ਸੋ ਕਹਿੰਦੇ ਜਿਵੇਂ ਦੁਰਭਸਿਆ ਹੁੰਦਾ ਹੈ ਜੋ ਜੋ ਇੰਟਰਪ੍ਰੀਟਰ ਹੁੰਦਾ ਹੈ ਜਾਜ ਦੇ ਵਿੱਚ ਤੈਸੇ ਮਹਾਰਾਜ ਦਾ ਨਾਮ ਦੁਰਭਸਿਆ ਹੈ ਕਹਿੰਦੇ ਜੋ ਗੁਰੂ ਮਹਾਰਾਜ ਨੇ ਨਾ ਉਹ ਵੀ ਦੁਰਭਸਿਆ ਹੀ ਨੇ ਉਹ ਵੀ ਦੁਰਭਾਸਿਆ ਕਿਉਂ ਦੁਰਭਾਸਿਆ ਹੈ ਕਹਿੰਦੇ ਉਹ ਇਸ ਕਰਕੇ ਦੁਰਭਾਸਿਆ ਹੈ ਆਪ ਜੀ ਸੁਣੋ ਨਾਲੇ ਕਰਮਾ ਵਾਲਿਆਂ ਕੀ ਗੱਤ ਕਰ ਦਿੰਦਾ ਹੈ ਦੇਖੋ ਦੁਰਭਾਸਿਆ ਗੁਰੂ ਇਸ ਕਰਕੇ ਨੇ ਉਹ ਕਰਮਕੰਡਾਂ ਨੂੰ ਵੀ ਮਾਸਟਰ ਨੇ ਉਹ ਗਿਆਨ ਦੇ ਵੀ ਮਾਸਟਰ ਨੇ ਉਹ ਦੋਵਾਂ ਦੀਆਂ ਗੱਲਾਂ ਕਰਾ ਦਿੰਦੇ ਨੇ ਕਰਮਕੰਡੀਆਂ ਦੀ ਵੀ ਗੱਲਾਂ ਜਾਣਦੇ ਨੇ ਉਹ ਇਹਦੀਆਂ ਵੀ ਜਾਣਦੇ ਨੇ ਸੋ ਉਹ ਦੋਵੇਂ ਪਾਸੇ ਦੋਨਾਂ ਦਾ ਗਿਆਨ ਰੱਖਣ ਵਾਲੇ ਨੇ ਇਸ ਕਰਕੇ ਕਹਿੰਦੇ ਗੁਰੂ ਇੱਕ ਦੁਰਭਾਸਿਆ ਹੈ ਜੋ ਦੋਵਾਂ ਦੇ ਵਿੱਚੋਂ ਹੀ ਗਤੀ ਦੇ ਦਿੰਦਾ ਹੈ o de marjí é ਉਹ ਕਰਮ ਕੰਡਿਆਂ ਨੂੰ ਵੀ ਗਤੀ ਦੇ ਦਿੰਦਾ ਗਿਆਨ ਵਾਲਿਆਂ ਨੂੰ ਵੀ ਦੇ ਦਿੰਦਾ ਕਿਉਂਕਿ ਉਹ ਦਰਪਾਸੇ ਦੋਮਾਂ ਦੀ ਬੋਲੀ ਸਮਝਣ ਵਾਲਾ ਹੈ ਨਾਲੇ ਗਿਆਨ ਵਾਲਿਆਂ ਕੀ ਗੱਤ ਕਰ ਦਿੱਤਾ ਹਾਂ ਕਹਿੰਦੇ ਨਾਲ ਤਾਂ ਕਰਮ ਕੰਡਿਆਂ ਦੀ ਗਤੀ ਕਰ ਦਿੰਦਾ ਮੁਕਤੀ ਨਾਲੇ ਗਿਆਨ ਵਾਂਣ ਦੀ ਵੀ ਕਰ ਦਿੰਦਾ ਹੈ ਗਿਆਨ ਵਾਲੇ ਦਾ ਗਿਆਨ ਧ੍ਰੜ ਕਰ ਦਿੱਤਾ ਹੈ ਦੇਖੋ ਪਰ ਜੇ ਨਾ ਗਿਆਨ ਹੋਵੇ ਗੁਰੂ ਮਹਾਰਾਜ ਉਹਦਾ ਗਿਆਨ ਹੋਰ ਧ੍ਰੜ ਕਰਾ ਦਿੰਦੇ ਹੋਰ ਪੱਕਾ ਕਰਾ ਦਿੰਦੇ ਹਨ ਕਰਮਾ ਵਾਲਿਆਂ ਕੋ ਨਿਹਕਾਮ ਕਰਮ ਪ੍ਰਾਪਤ ਕਰਤਾ ਹੈ ਤੇ ਕਰਮਾ ਵਾਲਿਆਂ ਤੋਂ ਨਿਹਕਾਮ ਕਰਾਉਂਦਾ ਨਿਸ਼ਕਾਮ ਕਰਮ ਕਰਾਉਣੇ ਸ਼ੁਰੂ ਕਰ ਦਿੰਦਾ ਜਿਹਦੇ ਵਿੱਚ ਕੋਈ ਡਿਟਾਈਅਰ ਨਾ ਹੋਵੇ ਕੌਣਾ ਕਰਮ ਕਾਂਢੀ ਕਰਮ ਕਰਦੇ ਨੇ ਪਰ ਉਹ ਕਰਦੇ ਨੇ ਕੋਈ ਰਿਟਰਨ ਵਾਸਤੇ ਉਹ ਸਹਿ ਕਾਮੀ ਨੇ ધ ਵਨ ਹੂ ਡਸ ਅ ਕਰਮ ਫॉर ਅ ਰਿਟਰਨ ਜੋ ਜਿਨ੍ਹਾਂ ਦੇ ਮਨ ਵਿੱਚ ਰਿਟਰਨ ਦੀ ਆਸਾ ਹੋਵੇ ਸੋ ਗੁਰੂ ਮਹਾਰਾਜ ਕੀ ਕਰਦੇ ਨੇ ਗਿਆਨਵਾਨਿਆਂ ਦਾ ਗਿਆਨ ਦਰਿਖਾਵਾ ਦਿੰਦੇ ਨੇ ਪੱਕਾ ਕਰਾ ਦਿੰਦੇ ਨੇ ਤੇ ਜਿਹੜੇ ਕਰਮ ਕਾਂਢੇ ਇਹਨਾਂ ਨੂੰ ਨਿਹ ਕਾਮ ਨਿਸ਼ਕਾਮਤਾ ਦੇ ਦਿੰਦੇ ਨੇ ਵੀ ਤੁਸੀਂ ਕਰਮ ਵੀ ਕਰੋ ਬਟ ਡੋਨ ਬਿਲੀਵ ਦ ਕਰਮ ਇਜ਼ ਡਨ ਸੋਲੀ ਬਾਏ ਯੂ অর ਬਾਏ ਯੂ ਲਿਵ ਇਟ ਟੂ ਦਾ ਗੋਡ do whatever you need to do but leave it to him so یوں کر کے ਜਿਹੜਾ ਹੈ ਨਹਿ ਕਾਮ ਤੇ ਉਹ ਕਰਮ ਕਰਦੇ ਆ ਕੋਈ ਇੱਛਾ ਨਹੀਂ ਕਰਨੀ ਵੀ ਮੈਨੂੰ ਇਹ ਮਿਲੇ ਮੈਨੂੰ ਉਹ ਮਿਲੇ ਇਸ ਕਰਕੇ ਕਰਮ ਕਰਨਾ ਇਹਨੂੰ ਨਿਸ਼ਕਾਮਤਾ ਕਹਿੰਦੇ ਹਨ ਸੋ ਮਹਾਰਾ ਕਹਿੰਦੇ ਜੇ ਕਰਮ ਕਰਨੇ ਨੇ ਯੂ हैव टू बी ਨਿਸ਼ਕਾਮਤਾ ਜੇ ਗਿਆਨ ਹੈ ਤਾਂ ਗਿਆਨ ਅਭਿਰਧ ਕਰਨਾ ਚਾਹੀਦਾ ਹੈ ਪ੍ਰਥਮ ਅ ਗਿਆਨ ਕਾਲ ਸੁਭ ਕਰਮ ਨਹਿ ਕਾਮ ਕੀਤੇ ਅੰਤਹਿ ਕਰਨ ਸੁਧ ਹੁੰਦਾ ਹੈ ਦੇਖੋ ਪ੍ਰਥਮ ਸਭ ਤੋਂ ਪਹਿਲਾਂ ਜਿਹੜਾ ਕਿ ਬੰਦਾ ਕਰਮ ਕਰਦਾ ਹੈ ਨਾ ਕਿਉਂਕਿ ਉਹਦੀ ਜਰਨੀ ਕਰਮ ਤੋਂ ਹੀ ਸ਼ੁਰੂ ਹੋਣੀ ਹੈ ਕਰਮ ਤੋਂ ਬਗੈਰ ਨਹੀਂ ਜਨਮ ਸ਼ੁਰੂ ਹੋਣੀ ਮਹਾਰਾਜ ਨੇ ਇਹ ਗੱਲ ਨੂੰ ਐਕਨੋਲਡਜ ਕੀਤਾ ਹੈ ਮਹਾਰਾਜ ਦੇ ਕਰਮ ਦੇ ਨਾਲ ਹੀ ਇਹ ਜਨਮ ਸ਼ੁਰੂ ਹੋਣੀ ਆ ਪਰ ਜੇ ਕਰਮ ਕੀਤੇ ਨਿਸ਼ਕਾਮਤਾ ਵਾਲੇ ਡਿਜ਼ਾਇਰਲੈਸ ਹੋ ਕੇ ਕਰਮ ਕੀਤੇ ਉਹ ਅੰਤਿਸ਼ਕਰਨ ਮਨ ਬੁੱਧ ਚਿੱਤ ਨੂੰ ਪਵਿੱਤਰ ਕਰ ਦਿੰਦੇ ਨੇ ਅਹੰਗ ਨੂੰ ਮਲੀਨ ਕਰ ਦਿੰਦੇ ਨੇ ਪਰਮਾਤਮਾ ਦੇ ਵਿੱਚ ਸੋ ਇਸ ਕਰਕੇ ਆਪਣੇ ਮਨ ਨੂੰ ਸ਼ੁੱਧ ਕਰਨ ਵਾਸਤੇ ਆਪਣੀ ਬੁੱਧੀ ਨੂੰ ਜਿਹੜਾ ਹਨ ਸ਼ੁੱਧ ਕਰਨ ਵਾਸਤੇ ਚਿੱਤ ਨੂੰ ਸ਼ੁੱਧ ਕਰਨ ਵਾਸਤੇ ਅਹੰਗ ਨੂੰ ਉਹਦੇ ਸਹੀ ਟਿਕਾਣੇ ਤੇ ਪਹੁੰਚਾਉਣ ਵਾਸਤੇ ਬੰਦੇ ਨੂੰ ਚਾਹੀਦੇ ਨੇ ਨਿਸ਼ਕਾਮਤਾ ਦੇ ਕਰਮ ਕੋ ਫੇਰੇ ਇਹ ਜਿਹੜੀ ਹੈ ਸਪਿਰਚੁਅਲ ਜਰਨੀ ਸ਼ੁਰੂ ਹੁੰਦੀ ਹੈ ਤੁਸੀਂ ਵਾਹਿਗੁਰੂ ਕੇ ਨਾਮ ਦਾ ਜਾਪ ਕਰਨਾ ਸੋ ਮਹਾਰਾਜ ਨੇ ਕਿਹਾ ਗੁਰ ਸਿੱਖੋ ਤੁਸੀਂ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਤੁਸੀਂ ਵਾਹਿਗੁਰੂ ਦਾ ਸਿਮਰਨ ਹੀ ਕਰਿਆ ਕਰਨਾ ਇਹਦੇ ਨਾਲ ਹੀ ਤੁਹਾਡੀ ਗਤੀ ਹੋਵੇਗੀ ਮਹਤਾ ਸਖਤੂ ਆਗਰੇ ਚੱਡਾ ਹੋਆ ਨਿਹਾਲ ਨਿਹਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ